ਸਤਿ ਸ੍ਰੀ ਅਕਾਲ ਹਰਜਸ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਕੌਰ ਇੱਕ ਵਾਰ ਫੇਰ ਹਾਜ਼ਰਾਂ ਲੈ ਕੇ ਪ੍ਰੋਗਰਾਮ ਸਿਲਸਿਲਾ ਖਬਰਾਂ ਦਾ ਕਿਸਾਨ ਅੰਦੋਲਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਕਿਸਾਨ ਸੰਘਰਸ਼ ਕਰ ਰਹੇ ਨੇ ਵੱਖ-ਵੱਖ ਪੜਾਵਾਂ ਦੇ ਵਿੱਚ ਉਹ ਵੱਖ-ਵੱਖ ਏਰੀਆਜ਼ ਦੇ ਵਿੱਚ ਜਾ ਕੇ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਅਸੀਂ ਕੱਲ ਪਰਸੋਂ ਵੀ ਗੱਲ ਕੀਤੀ ਸੀਗੀ ਕਿ ਭਾਜਪਾ ਦੇ ਸੀਨੀਅਰ ਆਗੂ ਤੇ ਮਿਹਗਾਲਿਆ ਦੇ ਰਾਜਪਾਲ ਸਤਿਆਪਾਲ ਮਲਿਕ ਦੀ ਜਿਨ੍ਹਾਂ ਨੇ ਇੱਕ ਬਿਆਨ ਦਿੱਤਾ ਸੀਗਾ ਕਿ ਸਰਕਾਰ ਨੂੰ ਕਿਸਾਨਾਂ ਦੇ ਮਸਲੇ ਦਾ ਕੋਈ ਨਾ ਕੋਈ ਹੱਲ ਛੇਤੀ ਤੋਂ ਛੇਤੀ ਕੱਢਣਾ ਜ਼ਰੂਰ ਚਾਹੀਦਾ ਹੈ ਕਿਉਂਕਿ ਕਿਸਾਨਾਂ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਵੀ ਕਿਤੇ ਨਾ ਕਿਤੇ ਵਾਜਬ ਨੇ ਤੇ ਕਿਸਾਨਾਂ ਦੇ ਵਿੱਚ ਸਰਦਾਰ ਬੈਠੇ ਨੇ ਜਿਹੜੇ ਆਪਣੇ ਨਾਲ ਹੋਈ ਬੇਇਨਸਾਫੀ ਨੂੰ 300 ਸਾਲਾਂ ਤੱਕ ਭੁਲਾ ਨਹੀਂ ਸਕਦੇ ਉਹਨਾਂ ਦੇ ਇਸ ਬਿਆਨ ਤੋਂ ਬਾਅਦ ਸਾਡੇ ਮਨ ਦੇ ਵਿੱਚ ਵੀ ਇਹ ਖਦਸ਼ਾ ਸੀ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਇਹ ਖਦਸ਼ਾ ਸੀ ਕਿ ਸ਼ਾਇਦ ਹੋ ਸਕਦਾ ਹੈ ਵੀ ਪਾਰਟੀ ਦਾ ਦਬਾਅ ਉਹਨਾਂ ਤੇ ਆਵੇ ਜਾਂ ਵੱਖ-ਵੱਖ ਲੋਕ ਉਹਨਾਂ ਨੂੰ ਪਾਰਟੀ ਦੇ ਲੋਕ ਉਹਨਾਂ ਨੂੰ رائے ਦੇਣ ਕਿ ਤੁਸੀਂ ਇਹ ਸਹੀ ਨਹੀਂ ਕੀਤਾ ਆਪਣੀ ਪਾਰਟੀ ਦੇ ਖਿਲਾਫ ਤੁਸੀਂ ਬਿਆਨ ਦੇ ਦਿੱਤਾ ਤਾਂ ਵੀ ਸ਼ਾਇਦ ਉਹ ਬਿਆਨ ਆਪਣਾ ਵਾਪਸ ਲੈ ਲੈਣ ਜਾਂ ਉਹ ਕਹਿ ਦੇਣ ਵੀ ਇਹ ਤਾਂ ਜੀ ਮੈਂ ਤਾਂ ਕੁਝ ਹੋਰ ਕਿਹਾ ਸੀ ਮੀਡੀਆ ਨੇ ਤੋੜ ਮਰੋੜ ਕੇ ਮੇਰੇ ਬਿਆਨ ਨੂੰ ਪੇਸ਼ ਕਰ ਦਿੱਤਾ ਪਰ ਇਹ ਗੱਲ ਨਹੀਂ ਆ ਉਹਨਾਂ ਨੇ ਕੱਲ ਰਾਜਸਥਾਨ ਦੇ ਕਿਸੇ ਫੰਕਸ਼ਨ ਦੇ ਵਿੱਚ ਉਹ ਆਉਂਦੇ ਨੇ ਤਾਂ ਉੱਥੇ ਵੀ ਉਹਨਾਂ ਨੇ ਕਿਹਾ ਕਿ ਜੇ ਕੁੱਤੀ ਮਰ ਜਾਵੇ ਤਾਂ ਸ਼ੋਕ ਸੰਦੇਸ਼ ਭੇਜੇ ਜਾਂਦੇ ਨੇ ਪਰ 250 ਕਿਸਾਨਾਂ ਦੇ ਮਰੇ ਦਾ ਕੋਈ ਦੁੱਖ ਨਹੀਂ ਉਹਨਾਂ ਨੇ ਸਿੱਧੇ ਤੌਰ ਤੇ ਤਾਂ ਸੰਬੋਧਨ ਨਹੀਂ ਕੀਤਾ ਕਿ ਕਿਸ ਨੂੰ ਦੁੱਖ ਨਹੀਂ ਪਰ ਇਸ਼ਾਰਾ ਸਮਝ ਆ ਰਿਹਾ ਹੈ ਵੀ ਉਹ ਕਿਸ ਨੂੰ ਕਹਿ ਰਹੇ ਨੇ ਕਿਹਨੂੰ ਉਹ ਸੰਬੋਧਨ ਕਰਕੇ ਕਹਿ ਰਹੇ ਨੇ ਕਿ ਕਿਹਨੂੰ ਕਿਸਾਨਾਂ ਦੇ ਮਰੇ ਦਾ ਦੁੱਖ ਨਹੀਂ ਹੋਇਆ ਕਿ ਨੇ ਇਹ ਸੰਦੇਸ਼ ਜਾਂ ਕਿਸਾਨਾਂ ਦੇ ਨਾਲ ਇੱਕ ਹਮਦਰਦੀ ਦਾ ਸ਼ਬਦ ਵੀ ਸਾਂਝਾ ਨਹੀਂ ਕੀਤਾ ਇਹ ਅਸੀਂ ਸਾਰੇ ਹੀ ਜਾਣਦੇ ਹਾਂ ਤਾਂ ਸੱਤਿਆਪਾਲ ਮਲਿਕ ਨੇ ਇਹ ਵੀ ਕਿਹਾ ਕਿ ਮੈਂ ਮੋਦੀ ਜੀ ਤੇ ਅਮਿਤ ਸ਼ਾਹ ਨੂੰ ਇਹ ਸਲਾਹ ਦਿੱਤੀ ਸੀ ਕਿ ਤੁਸੀਂ ਕਿਸਾਨਾਂ ਦੇ ਮਸਲੇ ਦਾ ਕੋਈ ਨਾ ਕੋਈ ਹੱਲ ਛੇਤੀ ਤੋਂ ਛੇਤੀ ਕੱਢੋ ਨਹੀਂ ਤਾਂ ਫਿਰ ਭਾਜਪਾ ਨੂੰ ਇਸ ਦਾ ਬਹੁਤ ਨੁਕਸਾਨ ਸਹਿਣਾ ਪਊਗਾ ਕਿਉਂਕਿ ਜੇ ਅਸੀਂ ਦੇਖੀਏ ਤਾਂ ਉਹਨਾਂ ਨੇ ਇਹ ਵੀ ਕਿਹਾ ਵੀ ਪੱਛਮੀ ਯੂਪੀ ਦੇ ਵਿੱਚ ਹਰਿਆਣਾ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ ਭਾਜਪਾ ਆਪਣਾ ਆਧਾਰ ਗਵਾ ਬੈਠੀ ਗਈ ਕਿਉਂਕਿ ਸਾਰੇ ਲੋਕ ਕਿਸਾਨਾਂ ਦੇ ਨਾਲ ਨੇ ਤੇ ਕਿਸਾਨਾਂ ਦੇ ਮਸਲੇ ਦਾ ਹੱਲ ਛੇਤੀ ਤੋਂ ਛੇਤੀ ਸਰਕਾਰ ਨੂੰ ਕੱਢਣਾ ਚਾਹੀਦਾ ਜਦੋਂ ਪ੍ਰਧਾਨ ਮੰਤਰੀ ਜੀ ਆਪ ਕਹਿੰਦੇ ਨੇ ਕਿ ਕਿਸਾਨ ਮੇਰੇ ਤੋਂ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਬੈਠੇ ਨੇ ਤਾਂ ਫਿਰ ਇੱਕ ਫੋਨ ਕਾਲ ਦੀ ਦੂਰੀ ਉਹ ਤੈਅ ਕਰਨ ਦੇ ਲਈ ਪ੍ਰਧਾਨ ਮੰਤਰੀ ਨੂੰ ਕੀ ਦੀ ਇਜਾਜ਼ਤ ਦੀ ਲੋੜ ਆ ਜਾਂ ਕਿਉਂ ਨਹੀਂ ਉਹ ਦੂਰੀ ਤੈਅ ਕਰ پا ਰਹੇ ਇਹ ਸੋਚਣ ਦੀ ਲੋੜ ਆ ਇਸ ਤੋਂ ਇਲਾਵਾ ਸਤਿਆਪਾਲ ਮਲਿਕ ਹਮੇਸ਼ਾ ਹੀ ਆਪਣੇ ਵਿਵਾਦ ਬਿਆਨਾਂ ਦੇ ਲਈ ਜਾਣੇ ਜਾਂਦੇ ਨੇ ਕਿਉਂਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਜਦੋਂ ਇੱਕ ਵਾਰ ਉਹ ਕੋਈ ਭਾਸ਼ਣ ਕਰ ਰਹੇ ਸੀ ਉਦੋਂ ਵੀ ਉਹਨਾਂ ਨੇ ਕਾਰਪੋਰੇਟ ਘਰਾਣਿਆਂ ਤੇ ਕਾਰਪੋਰੇਟਸ ਤੇ ਬਹੁਤ ਤਿੱਖਾ ਵਿਅੰਗ ਕੀਤਾ ਸੀ ਉਹਨਾਂ ਨੇ ਕਿਹਾ ਸੀ ਕਿ ਇੱਕ ਹੀ ਜਾਂ ਕੁਝ ਕੁ ਘਰਾਣਿਆਂ ਦੇ ਲੋਕਾਂ ਦੇ ਕੋਲ ਹੀ ਦੇਸ਼ ਦਾ ਸਾਰਾ ਪੈਸਾ জমা ਹੋਇਆ ਵਾਏ ਤਾਂ ਹੁਣ ਜਦੋਂ ਉਹ ਇਹ ਸਲਾਹ ਦੇ ਰਹੇ ਨੇ ਸਰਕਾਰ ਨੂੰ ਉਸ ਤੋਂ ਬਾਅਦ ਸਰਕਾਰ ਕੀ ਕਹੂਗੀ ਜਾਂ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਇਹ ਪੁੱਛਿਆ ਵੀ ਤੋ ਹੋ ਸਕਦਾ ਵੀ ਤੁਹਾਡੇ ਇਸ ਬਿਆਨ ਤੋਂ ਗੁੱਸਾ ਖਾ ਕੇ ਜਾਂ ਇਸ ਬਿਆਨ ਤੋਂ ਗੁੱਸੇ ਹੋ ਕੇ ਸਰਕਾਰ ਜਾਂ ਭਾਜਪਾ ਭਾਜਪਾ ਤੁਹਾਨੂੰ ਰਾਜਪਾਲ ਦੇ ਅਹੁਦੇ ਤੋਂ ਲੰਬੀ ਕਰ ਦੇਵੇ ਤਾਂ ਉਹਨਾਂ ਨੇ ਜਵਾਬ ਦੇ ਵਿੱਚ ਕਿਹਾ ਕਿ ਭਾਵੇਂ ਮੈਂ ਅਹੁਦੇ ਤੋਂ ਲੰਬੇ ਹੋ ਜਾਵਾਂ ਸਰਕਾਰ ਨੂੰ ਮੇਰੀ ਗੱਲ ਚੰਗੀ ਨਾ ਲੱਗੇ ਪਰ ਫਿਰ ਵੀ ਰਾਜਪਾਲ ਦੇ ਅਹੁਦੇ ਤੋਂ ਲੰਬੇ ਹੋਣ ਤੋਂ ਬਾਅਦ ਵੀ ਮੈਂ ਕਿਸਾਨਾਂ ਦੇ ਪੱਖ ਦੇ ਵਿੱਚ ਖੜਾ ਰਹਾਂਗਾ ਹੁਣ ਸਤਿਆਪਾਲ ਮਲਿਕ ਨੇ ਵਿਭਾਜਪਾ ਨੂੰ ਸਲਾਹ ਦਿੱਤੀ ਹੈ ਵਿਭਾਜਪਾ ਆਪਣਾ ਆਧਾਰ ਗਵਾ ਸਕਦੀ ਹੈ ਤੇ ਜੇ ਸਚਾਈ ਦੀ ਗੱਲ ਕਰੀਏ ਕਿਉਂਕਿ ਪੱਛਮੀ ਯੂਪੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਭਾਜਪਾ ਦਾ ਆਧਾਰ ਸੀ ਪਰ ਜੇ ਪੰਜਾਬ ਦੀ ਗੱਲ ਕਰਦੇ ਹਾਂ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਦੇ ਵਿੱਚ ਪੰਜਾਬ ਦੇ ਕਿਸਾਨ ਵੀ ਸ਼ਾਮਲ ਨੇ ਤਾਂ ਪੰਜਾਬ ਦੇ ਵਿੱਚ ਤਾਂ ਭਾਜਪਾ ਦਾ ਪਹਿਲਾਂ ਹੀ ਕੋਈ ਆਧਾਰ ਨਹੀਂ ਆ ਕਿਉਂਕਿ ਜੇ ਛੋਟੇ ਪੱਧਰ ਤੇ ਗੱਲ ਕਰੀਏ ਜ਼ਿਲ੍ਹਾ ਪੱਧਰ ਦੀ ਵੀ ਗੱਲ ਕਰੀਏ ਤਾਂ ਜ਼ਿਲ੍ਹਾ ਪੱਧਰ ਤੇ ਵੀ 300 ਦੇ ਕਰੀਬ ਅਹੁਦੇਦਾਰਾਂ ਨੇ ਪੰਜਾਬ ਦੇ ਵਿੱਚ ਭਾਜਪਾ ਦੇ 300 ਦੇ ਕਰੀਬ ਅਹੁਦੇਦਾਰਾਂ ਨੇ ਆਪਣੇ ਆਪਣੇ ਅਹੁਦਿਆਂ ਤੋਂ ਅਸਤੀਫੇ ਦੇ ਦਿੱਤੇ ਨੇ ਕਿ ਕਿਉਂਕਿ ਸਰਕਾਰ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣ ਰਹੀ ਉਹਨਾਂ ਨੂੰ ਪਤਾ ਹੈ ਵੀ ਜਦੋਂ ਹੁਣ ਲੋਕ ਵਿਧਾਇਕਾਂ ਨੂੰ ਕੁੱਟਮਾਰ ਕਰਕੇ ਆਪਣੇ ਘਰਾਂ ਦੇ ਵਿੱਚ ਨਹੀਂ ਵੜਨ ਦਿੰਦੇ ਆਪਣੇ ਇਲਾਕੇ ਦੇ ਵਿੱਚ ਨਹੀਂ ਵੜਨ ਦੇ ਰਹੇ ਤਾਂ ਹੋ ਸਕਦਾ ਕੱਲ ਨੂੰ ਸਾਡਾ ਵੀ ਇਹੀ ਹਸ਼ਰ ਹੋਵੇ ਤੇ ਇਸ ਡਰ ਦੇ ਕਾਰਨ ਭਾਜਪਾ ਦੇ ਬਹੁਤ ਸਾਰੇ ਵਿਧਾਇਕ ਆਪਣੇ ਘਰਾਂ ਦੇ ਅੰਦਰ ਟੜੇ ਹੋਏ ਨੇ ਬਾਹਰ ਨਹੀਂ ਨਿਕਲ ਸਕਦੇ ਸੋ ਜਦੋਂ ਪੰਜਾਬ ਦੇ ਵਿੱਚ ਵੀ ਭਾਵੇਂ ਉਹ ਯੁਵਾ ਮੋਰਚਾ ਵਾਲੇ ਹੋਣ ਮਹਿਲਾ ਮੋਰਚਾ ਵਾਲੇ ਹੋਣ ਜਾਂ ਕਿਸਾਨ ਮੋਰਚੇ ਵਾਲੇ ਹੋਣ ਉਹਨਾਂ ਨੇ ਵੀ 300 ਤੋਂ ਵੱਧ ਅਹੁਦੇਦਾਰਾਂ ਨੇ ਅਸਤੀਫੇ ਦੇ ਦਿੱਤੇ ਤੇ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਕੱਦ ਪ੍ਰਧਾਨ ਤੋਂ ਬਿਨਾ ਬਸ ਕੋਈ ਕੋਈ ਅਹੁਦਾ ਜਾਂ ਰਹਿ ਚੁੱਕਿਆ ਜਿਹਦੇ ਵਿੱਚ ਭਾਜਪਾ ਦੇ ਆਗੂ ਜਾਂ ਭਾਜਪਾ ਦੇ ਲੋਕ ਨੇ ਜਿਹੜੇ ਉੱਥੇ ਸ਼ਾਮਲ ਨੇ ਕੱਲ ਹਰਿਆਣੇ ਦੇ ਵਿੱਚ ਵੀ ਇੱਕ ਵਿਆਹ ਫੰਕਸ਼ਨ ਦੇ ਵਿੱਚ ਕੁਝ ਲੋਕ ਇਕੱਠੇ ਹੋਏ ਸੀ ਉਹਦੇ ਵਿੱਚ ਹੀ ਭਾਜਪਾ ਦੇ ਲੋਕੀ ਭਾਜਪਾਦਿਆਂ ਨਾਲ ਹੀ ਆਪਸ ਦੇ ਵਿੱਚ ਹੀ ਭਿੜ ਪਏ ਕਿਉਂਕਿ ਅਧਿਕ ਭਾਜਪਾ ਦੇ ਲੋਕ ਸੀਗੇ ਜਿਹੜੇ ਉਹ ਕਹਿ ਰਹੇ ਸੀ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਸਾਨੂੰ ਖੜਨਾ ਚਾਹੀਦਾ ਸਰਕਾਰ ਆਪਣਾ ਨੁਕਸਾਨ ਕਰ ਰਹੀ ਆ ਜੇ ਸਰਕਾਰ ਕਿਸਾਨਾਂ ਦੀ ਗੱਲ ਨਹੀਂ ਸੁਣ ਰਹੀ ਤਾਂ ਤੇ ਉਹੀ ਭਾਜਪਾ ਦੇ ਦੂਜੇ ਲੋਕ ਕਹਿ ਰਹੇ ਸੀ ਵੀ ਤੁਸੀਂ ਸਰਕਾਰ ਦਾ ਨੁਕਸਾਨ ਕਰ ਰਹੇ ਹੋ ਤੁਸੀਂ ਸਰਕਾਰ ਨੂੰ ਸਲਾਹ ਕਿਹੋ ਜੀ ਦੇ ਰਹੇ ਹੋ ਸਰਕਾਰ ਨੇ ਕਾਨੂੰਨ ਕਿਸਾਨਾਂ ਦੇ ਹੱਕ ਦੇ ਵਿੱਚ ਲਿਆਂਦੇ ਨੇ ਅਧਿਕ ਕਿਸਾਨਾਂ ਦੇ ਹੱਕ ਵਾਲੇ ਸੀਗੇ ਤੇ ਅਧਿਕ ਕਿਸਾਨਾਂ ਦੇ ਵਿਰੋਧ ਵਾਲੇ ਸੀਗੇ ਹੈਗੇ ਦੋਵੇਂ ਪਾਰਟੀਆਂ ਹੀ ਭਾਜਪਾ ਦੀਆਂ ਸੀਗੀਆਂ ਤੇ ਪਹਿਲਾਂ ਵੀ ਅਸੀਂ ਗੱਲ ਕੀਤੀ ਹੈ ਵੀ ਭਾਜਪਾ ਦੇ ਅੰਦਰੋਂ ਹਿੱਲ-ਜੁਲ ਦੇ ਸੰਕੇਤ ਜਿਹੜੇ ਨਜ਼ਰ ਆਏ ਆ ਪਿੱਛੇ ਰਾਜਨਾਥ ਸਿੰਘ ਨੇ ਵੀ ਬਿਆਨ ਦਿੱਤਾ ਸੀ ਤੇ ਇਸ ਤਰ੍ਹਾਂ ਹੁਣ ਭਾਜਪਾ ਦੇ ਅੰਦਰਲੀ ਹਿਲਜੁਲ ਜਿਹੜੀ ਉਹ ਬਾਹਰ ਲੋਕਾਂ ਦੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਆ ਹੁਣ ਵੀ ਜੇ ਸਰਕਾਰ ਨਹੀਂ ਸੋਚਦੀ ਤਾਂ ਸਰਕਾਰ ਨੂੰ ਕਿਤੇ ਨਾ ਕਿਤੇ ਨੁਕਸਾਨ ਭੁਗਤਣਾ ਪਊਗਾ ਕਿਉਂਕਿ ਅੱਤ ਤੇ ਖੁਦਾ ਦਾ ਵੈਰ ਹੁੰਦਾ ਏ ਇਸ ਦੇ ਨਾਲ ਹੀ ਵਾਧਿਆ ਅਗਲੀ ਖਬਰ ਦੇ ਵੱਲ ਪੰਜਾਬ ਦੇ ਵਿੱਚ ਜਿੱਥੇ ਨਿਤ ਦਿਨ ਮਾਰਾਂ ਪੈ ਰਹੀਆਂ ਨੇ ਕਦੇ ਕਿਸਾਨੀ ਤੇ ਮਾਰ ਪੈਂਦੀ ਆ ਕਦੇ ਕੋਈ ਉਦਯੋਗ ਨਹੀਂ ਲੱਗਦੇ ਕਦੇ ਬੇਰੁਜ਼ਗਾਰੀ ਦੇ ਨਾਲ ਨੌਜਵਾਨ ਟੜਫੇ ਪਏ ਨੇ ਕਦੇ ਕਿਸਾਨਾਂ ਦੇ ਸਿਰ ਤੇ ਕਰਜ਼ਾ ਹੁੰਦਾ ਧਰਤੀ ਹੀ ਟਹਲਾ ਪਾਣੀ ਖਤਮ ਹੁੰਦਾ ਫਸਲਾਂ ਦਾ ਨੁਕਸਾਨ ਹੋ ਜਾਂਦਾ ਕਿਉਂਕਿ ਫਸਲਾਂ ਕੁਦਰਤ ਤੇ ਨਿਰਪਰ ਕਰਦੀਆਂ ਨੇ ਤਾਂ ਉੱਥੇ ਜਿਹੜੀ ਹੋਰ ਇੱਕ ਕਹਿਰ ਪੰਜਾਬ ਦੇ ਵਿੱਚ ਟੁੱਟਿਆ ਪੰਜਾਬ ਦੇ ਉੱਤੇ ਟੁੱਟਿਆ ਉਹ ਹੈਗਾ ਕੈਂਸਰ ਦਾ ਅਸੀਂ ਪਿਛਲੇ ਸਮੇਂ ਤੋਂ ਦੇਖ ਰਹੇ ਹਾਂ ਵੀ ਨਿਤ ਨਵੀਂ ਤੋਂ ਨਵੀਂ ਬਿਮਾਰੀ ਆਉਂਦੀ ਆ ਤੇ ਉਹਦਾ ਇਲਾਜ ਵੀ ਇੰਨਾ ਮਹਿੰਗਾ ਕਿ ਆਮ ਬੰਦੇ ਦੇ ਵਸਤੀ ਗੱਲ ਨਹੀਂ ਹੁੰਦੀ ਤੇ ਲੋਕ ਜਾਨ ਗਵਾ ਬੈਠਦੇ ਨੇ ਪੰਜਾਬ ਦੇ ਵਿੱਚ ਹਾਲਾਤ ਇੰਨੇ ਬਦਤਰ ਹੋ ਗਏ ਨੇ ਕਿ ਪੰਜਾਬ ਦੇ ਵਿੱਚ ਕੈਂਸਰ ਦੇ ਨਾਲ ਹਰ ਘੰਟੇ 3 ਮੌਤਾਂ ਹੋ ਰਹੀਆਂ ਨੇ ਤੇ ਇੱਕ ਦਿਨ ਦੇ ਵਿੱਚ ਔਸਤਨ 61 ਲੋਕ ਕੈਂਸਰ ਦੇ ਕਰਕੇ ਆਪਣੀ ਜਾਨ ਗਵਾ ਬੈਠਦੇ ਨੇ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਤੱਥ ਇਹ ਕਹਿ ਰਹੇ ਨੇ ਅਸੀਂ ਨਹੀਂ ਕਹਿ ਰਹੇ ਪੰਜਾਬ ਦੇ ਮਾਨਸਾ ਬਠਿੰਡਾ ਫਾਜ਼ਿਲਕਾ ਮੁਕਸਰ ਤੇ ਬਰਨਾਲਾ ਜ਼ਿਲ੍ਹੇ ਕੈਂਸਰ ਦੀ ਲਪੇਟ ਦੇ ਵਿੱਚ ਆਏ ਨੇ ਤੇ ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜੇ ਇਹ ਦੱਸ ਰਹੇ ਨੇ ਕਿ ਪੰਜਾਬ ਦੇ ਵਿੱਚ 2020 ਦੇ ਦੌਰਾਨ ਕੈਂਸਰ ਨੇ ਕਰੀਬ 22276 ਜਾਨਾਂ ਲੈ ਲਈਆਂ ਨੇ ਜਨਵਰੀ 2014 ਤੋਂ ਲੈ ਕੇ 31 ਦਸੰਬਰ 2020 ਤੱਕ ਜੇ 7 ਵਰਿਆਂ ਦੀ ਗੱਲ ਕਰੀਏ ਤਾਂ ਪੰਜਾਬ ਚ ਕੈਂਸਰ ਨੇ 145000 ਜਾਨਾਂ ਲਈਆਂ ਜਦਕਿ 252000 ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਕੈਂਸਰ ਦੇ ਸਾਹਮਣੇ ਆਏ ਨੇ 7 ਵਰਿਆਂ ਦੇ ਵਿੱਚ ਇਹਨਾਂ 7 ਵਰਿਆਂ ਦੇ ਵਿੱਚ 6000 ਕਰੋੜ ਰੁਪਏ ਦਾ ਇਲਾਜ ਕੈਂਸਰ ਦੇ ਉੱਤੇ ਪੰਜਾਬ ਦੇ ਲੋਕ ਖਰਚ ਚੁੱਕੇ ਨੇ ਨਰਮਾਪੱਟੀ ਦੇ ਇਲਾਕੇ ਦੀ ਗੱਲ ਕਰੀਏ ਤਾਂ ਉੱਥੇ ਜਿਹੜੀ ਪਹਿਲੀ ਮਾਰ ਆ ਉਹ ਕਿਸਾਨਾਂ ਦੇ ਉੱਤੇ ਪਈ ਹੋਈ ਆ ਕਰਜ਼ੇ ਦੀ ਬਹੁਤ ਸਾਰੇ ਲੋਕ ਮੂੰਹ ਪਾੜ ਕੇ ਇਹੀ ਗੱਲ ਕਹਿ ਦਿੰਦੇ ਨੇ ਕਿ ਕਿਸਾਨ ਕਰਜ਼ਾ ਲੈਂਦੇ ਨੇ ਤਾਂ ਵੱਡੀਆਂ-ਵੱਡੀਆਂ ਕੋਠੀਆਂ ਬਣਾਉਣ ਦੇ ਲਈ ਜਾਂ ਕਾਰਾਂ ਖਰੀਦਣ ਦੇ ਲਈ ਜਾਂ ਵੱਡੇ-ਵੱਡੇ ਵਿਆਹ ਕਰਨ ਦੇ ਲਈ ਸੰਜਮ ਨਾਲ ਵਰਤੋਂ ਕਰ ਲੈਣ ਸੰਜਮ ਨਾਲ ਚੱਲ ਲੈਣ ਤਾਂ ਕਰਜ਼ਾ ਨਾ ਲੈਣਾ ਪਵੇ ਪਰ ਉਹਨਾਂ ਲੋਕਾਂ ਨੂੰ ਦੱਸ ਦਈਏ ਵੀ ਕਿਸਾਨ ਹੁਣ ਆਪਣੇ ਘਰਦਿਆਂ ਦੀ ਆਪਣੇ ਘਰ ਦੇ ਜੀਵਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਦੇ ਲਈ ਵੀ ਕਰਜ਼ਾ ਲੈ ਰਹੇ ਨੇ ਪੰਜਾਬ ਦੇ ਨਰਮਾ ਪੱਟੀ ਇਲਾਕੇ ਦੇ ਵਿੱਚ ਕਿਸਾਨ ਇਸ ਕਰਕੇ ਕਰਜ਼ੇ ਦੀ ਮਾਰ ਹੇਠ ਨੇ ਕਿਉਂਕਿ ਉੱਥੇ ਕੈਂਸਰ ਦੀ ਬਿਮਾਰੀ ਫੈਲੀ ਹੋਈ ਆ ਤੇ ਕੈਂਸਰ ਦਾ ਇਲਾਜ ਕਰਾਉਣ ਦੇ ਲਈ ਕਿਸਾਨਾਂ ਕੋਲੇ ਪੈਸਾ ਨਹੀਂ ਤੇ ਉਹ ਇਲਾਜ ਕਰਾਉਣ ਲਈ ਆਪਣੇ ਜੀ ਦੀ ਜਾਨ ਬਚਾਉਣ ਦੇ ਲਈ ਵੀ ਕਰਜ਼ਾ ਚੁੱਕ ਰਹੇ ਨੇ ਜੇ ਸਰਕਾਰ ਦੀ ਗੱਲ ਕਰੀਏ ਜਾਂ ਸਰਕਾਰ ਦੀਆਂ ਸਹੂਲਤਾਂ ਦੀ ਗੱਲ ਕਰਦੇ ਆ ਤਾਂ ਸਰਕਾਰ ਨੇ ਹੁਣ ਬਜਟ ਸੈਸ਼ਨ ਲੰਘ ਕੇ ਲੰਘ ਕੇ ਹਟਿਆ ਹੋਣੇ ਤਾਂ ਉਹਦੇ ਵਿੱਚ 150 ਕਰੋੜ ਰੁਪਏ ਜਿਹੜਾ ਹੈਗਾ ਉਹ ਕੈਂਸਰ ਦੇ ਮਰੀਜ਼ਾਂ ਲਈ ਰੱਖਿਆ ਪਰ ਇਹ ਕੋਈ ਬਹੁਤਾ ਨਹੀਂ ਲੱਗਦਾ ਕਿਉਂਕਿ ਹਰ ਸਾਲ ਕਿਉਂਕਿ ਔਸਤਨ ਇੱਕ ਦਿਨ ਦੇ ਵਿੱਚ ਹਰ ਰੋਜ਼ ਪੰਜਾਬ ਦੇ ਲੋਕ ਨੇ ਜਿਹੜੇ ਔਸਤਨ 2.5 ਕਰੋੜ ਰੁਪਏ ਇਲਾਜ ਤੇ ਖਰਚ ਰਹੇ ਨੇ ਤਾਂ ਫਿਰ ਜੇ 2.5 ਕਰੋੜ ਇੱਕ ਦਿਨ ਦੇ ਵਿੱਚ ਖਰਚ ਹੋ ਰਿਹਾ ਹੈ ਤਾਂ 6000 ਕਰੋੜ ਜਿਹੜਾ 7 ਵਰਿਆਂ ਦੇ ਵਿੱਚ ਖਰਚ ਹੋ ਗਿਆ ਤਾਂ 150 ਕਰੋੜ ਦੀ ਰਕਮ ਤਾਂ ਬਹੁਤ ਥੋੜੀ ਆ ਸਰਕਾਰ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਕੈਂਸਰ ਦੇ ਕਾਰਨਾਂ ਦਾ ਕਿਉਂਕਿ ਹਰੇਕ ਬਿਮਾਰੀ ਦੇ ਮਹਿੰਗੇ ਤੋਂ ਮਹਿੰਗੇ ਹਸਪਤਾਲ ਨੇ ਤੇ ਜਾਂ ਤਾਂ ਬੰਦਾ ਜਾਨ ਗਵਾ ਸਕਦੇ ਜਾਂ ਫਿਰ ਆਪਣਾ ਕਾਰਬਾਰ ਸਾਰਾ ਕੁਝ ਗਵਾ ਸਕਦਾ ਜਿਹਦੇ ਕੋਲ ਘਰਬਾਰ ਵੀ ਨਾ ਹੋਵੇ ਪੂਰਾ ਉਹ ਬੰਦਾ ਜਿਹਦੇ ਸਿਰ ਦੇ ਥੱਲੇ ਇੱਕੋ ਛੱਤ ਹੋਵੇ ਉਸ ਛੱਤ ਨੂੰ ਵੇਚ ਕੇ ਵੀ ਉਹ ਆਪਣੇ ਜੀਵ ਨੂੰ ਨਾ ਬਚਾ ਸਕਿਆ ਉਹ ਜਾਊਗਾ ਤਾਂ ਜਾਊਗਾ ਕਿੱਧਰ ਇਹ ਸਵਾਲ ਸਾਡੇ ਸਾਰਿਆਂ ਦੇ ਸਾਹਮਣੇ ਖੜਾ ਸਾਡਾ ਮੂੰਹ ਚੜਾ ਰਿਹਾ ਹੈ ਕਿਉਂਕਿ ਹੁਣ ਸੋਚਣ ਦੀ ਲੋੜ ਹੈ ਵੀ ਸਰਕਾਰਾਂ ਕੀ ਕਰ ਰਹੀਆਂ ਨੇ ਸਰਕਾਰਾਂ ਨੂੰ ਜ਼ਰੂਰੀ ਹੈ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਕਿਉਂਕਿ ਜੇ ਲੋਕ ਨਾ ਰਹਿ ਤਾ ਸਰਕਾਰਾਂ ਵੀ ਰਹਿ ਨਹੀਂ ਸਕਣਗੀਆਂ ਇਸ ਦੇ ਨਾਲ ਹੀ ਹੁਣ ਇੱਕ ਵੱਡੀ ਖਬਰ ਜਿਹੜੀ ਇੱਕ ਘੰਟਾ ਪਹਿਲਾਂ ਸਾਡੇ ਸਾਹਮਣੇ ਆਈ ਆ ਇਉ ਉਹ ਵੀ ਬਹੁਤ ਦੁਖਦਾਈ ਜੀ ਖਬਰ ਹੈ ਵੀ ਭਾਰਤੀ ਹਵਾਈ ਸੈਨਾ ਆਈਐਫ ਦਾ ਲੜਾਕੂ ਜਹਾਜ਼ ਮਿਗ 21 22 ਸਨ ਅੱਜ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਇਸ ਹਾਦਸੇ ਦੇ ਵਿੱਚ ਗਰੁੱਪ ਕੈਪਟਨ ਏ ਗੁਪਤਾ ਦੀ ਮੌਤ ਹੋ ਚੁੱਕੀ ਆ ਤੇ ਇਹ ਜਿਹੜਾ ਹਵਾਈ ਸੈਨਾ ਦਾ ਲੜਾਕੂ ਜਹਾਜ਼ ਮਿਗ 21 ਆ ਅੱਜ ਗਵਾਲੀਅਰ ਦੇ ਹਵਾਈ ਬੈਸ ਦੇ ਉੱਤੇ ਸਿਖਲਾਈ ਮਿਸ਼ਨ ਦੇ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਤੇ ਆਈਏਐਫ ਨੇ ਇਸ ਦੀ ਜਾਣਕਾਰੀ ਇੱਕ ਟਵੀਟ ਕਰਕੇ ਦਿੱਤੀ ਆ ਤੇ ਉਹਨਾਂ ਨੇ ਕਿਹਾ ਕਿ ਲੜਾਕੂ ਜਹਾਜ਼ ਮਿਗ 21 ਸਿਖਲਾਈ ਮਿਸ਼ਨ ਦੇ ਲਈ ਉਡਾਨ ਭਰਨੀ ਲੱਗਿਆ ਸੀ ਜਦੋਂ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ਹਜੇ ਕਾਰਨਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ ਕੋਰਟ ਆਫ ਇਨਕੁਆਇਰੀ ਨੂੰ ਹੁਕਮ ਦੇ ਦਿੱਤਾ ਗਿਆ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇ ਅੱਜ ਲਈ ਨਹੀਂ ਕੱਲ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਜੁੜੇ ਰਹੋ ਹਰਜਸ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ